ਸਤਿ ਸ੍ਰੀ ਅਕਾਲ। ਅੱਜ ਵੀਰਾਂ ਨੂੰ ਲੈ ਕੇ ਚੱਲਦੇ ਹਾਂ ਜਲੰਧਰ ਦੀ ਜੀਵਨੀ ਚੋਣਾਂ ਵੱਲ ਕਿ ਹੁਣ ਪੰਜਾਬ ਦੇ ਵਿੱਚ ਕੀ ਹਾਲਾਤ ਚੱਲ ਰਹੇ ਹੈ ਅੱਜ ਕੱਲ੍ਹ ਦੇ ਦਿਨਾਂ ਵਿੱਚ। ਕਿਉਂ ਕਾਂਗਰਸ ਵੱਲੋਂ ਉਮੀਦਵਾਰ ਉਤਾਰੇ ਗਏ ਚੌਧਰੀ ਸੰਤੋਖ ਸਿੰਘ ਦੀ ਧਰਮ ਪਤਨੀ ਬੀਬੀ ਕਰਮਜੀਤ ਕੌਰ, ਅਤੇ ਹੁਣ ਬੜਾ ਇੱਕ ਰੋਮਾਂਚ ਮੁਕਾਬਲਾ ਹੋਣ ਜਾ ਰਿਹਾ ਸੀ ਕਿ ਬੀਜੇਪੀ ਵੱਲੋਂ ਬੀਜੇਪੀ ਦੇ ਵਿੱਚ ਜੁਆਇਨ ਕੀਤਾ DCP ਰਹਿ ਚੁੱਕੇ ਜਲੰਧਰ ਸ਼੍ਰੀ ਰਜਿੰਦਰ ਸਿੰਘ, ਅਤੇ SSP ਦੀਆਂ ਸੇਵਾਵਾਂ ਵੀ ਦੇ ਚੁੱਕੇ SSP ਕਪੂਰਥਲਾ, ਅਤੇ SPD ਦੀ ਬੜੀ ਅਹਿਮ ਭੂਮਿਕਾ ਇਹਨਾਂ ਨੇ ਨਿਭਾਈ ਹੈ ਜਲੰਧਰ ਜ਼ਿਲ੍ਹੇ ਵਿੱਚ ਕਿ ਕਾਨੂੰਨ ਅਵਸਥਾ ਨੂੰ ਬਹੁਤ ਹੀ ਇਹ ਪਿਆਰ ਅਤੇ ਤਰੀਕੇ ਨਾਲ ਕਾਨੂੰਨ ਦੇ ਬੜੇ ਮਾਹਰ ਹੈ। SHO ਤੋਂ ASI ਤੋਂ ਲੈ ਕੇ DCP ਤੱਕ ਦੀਆਂ ਸੇਵਾਵਾਂ ਇਹਨਾਂ ਨੇ ਦਿੱਤੀਆਂ ਸੀ, ਅਤੇ ਹਰ ਬੰਦੇ ਨੂੰ ਇਹਨਾਂ ਨੇ ਇਨਸਾਫ ਦੇਣ ਦੀ ਕੋਸ਼ਿਸ਼ ਕੀਤੀ ਹੈ, ਅਤੇ ਬੜੇ ਇਮਾਨਦਾਰ ਅਤੇ ਓਨੈਸਟ ਅਫਸਰ ਇਹ ਰਹੇ ਹੈ। ਅਤੇ ਹੁਣ ਲੱਗਦਾ ਇੰਝ ਹੈ ਕਿ ਜਿਹੜਾ BJP ਦੇ ਕੈਂਡੀਡੇਟ ਵਜੋਂ ਇਹਨਾਂ ਨੂੰ BJP ਉਤਾਰੇਗੀ DCP ਰਜਿੰਦਰ ਸਿੰਘ ਨੂੰ ਜਲੰਧਰ ਦੀ ਜਿਮਨੀ ਚੋਣਾਂ ਵਿੱਚ। ਅਤੇ ਰਜਿੰਦਰ ਸਿੰਘ ਬੜੇ ਠੰਡੇ ਜਿਹੇ ਅਤੇ ਬੜੇ ਸ਼ਾਂਤ ਸੁਭਾਅ ਦੇ ਅਫਸਰ ਹੈ, ਅਤੇ ਬੜੀ ਚੰਗੀ ਗੱਲ ਹੈ ਵੈਸੇ ਤਾਂ, ਕਿਉਂ ਪਹਿਲਿਆਂ ਸਮਿਆਂ ਵਿੱਚ ਸਰਕਾਰਾਂ ਵਿੱਚ ਇੱਦਾਂ ਦੇ ਨੇਤਾ ਲੋਕ ਆ ਜਾਂਦੇ ਸੀ ਕਿ ਜਿਨ੍ਹਾਂ ਨੂੰ ਕਾਨੂੰਨ ਦੀ ਕੋਈ ਜਾਣਕਾਰੀ ਨਹੀਂ ਹੁੰਦੀ, ਅਤੇ ਜਿੱਦਾਂ ਕਾਨੂੰਨ ਦੀ ਕੋਈ ਜਾਣਕਾਰੀ ਨਾ ਹੋਣ ਕਰਕੇ ਉਹ ਫਿਰ ਲੋਕਾਂ ਨੂੰ ਇੰਨੀਆਂ ਸੇਵਾਵਾਂ ਨਹੀਂ ਚੰਗੀਆਂ ਦੇ ਸਕਦੇ, ਫਿਰ ਜੋ ਫਿਰ ਉਹ ਚਾਹੁੰਦਾ ਸੀ ਅਫਸਰ ਉਸ ਹਿਸਾਬ ਨਾਲ ਹੀ ਚੱਲਦੇ। ਅਤੇ ਜਿੱਦਾਂ ਹੁਣ ਇਹ BJP ਇਹ ਫੈਸਲਾ ਲੈਣ ਜਾ ਰਹੀ ਹੈ ਰਜਿੰਦਰ ਸਿੰਘ ਜੀ ਨੂੰ ਉਤਾਰ ਰਹੇ ਆ ਚੋਣ ਮੈਦਾਨ ਵਿੱਚ ਜਲੰਧਰ ਦੀ ਜਿਮਨੀ ਚੋਣਾਂ ਵਿੱਚ, ਅਤੇ ਉਹਦੇ ਵਿੱਚ ਜੇ ਫਿਰ ਜਿਹੜਾ ਮੈਂਬਰ ਪਾਰਲੀਮੈਂਟ ਹੈ ਜੇ ਕਾਨੂੰਨ ਅਵਸਥਾ ਨੂੰ ਸਮਝਦਾ ਹੋਏਗਾ, ਅਤੇ ਪੰਜਾਬ ਦੇ ਵਿੱਚ ਜਿਹੜੇ ਇਸ ਵੇਲੇ ਹਾਲਾਤ ਬੜੇ ਹੋਰ ਤਰ੍ਹਾਂ ਦੇ ਨਾਜ਼ੁਕ ਹੋਏ ਆ, ਲੁੱਟਾਂ ਖੋਹਾਂ ਅਤੇ ਚੋਰੀਆਂ, ਇੱਕ ਇੱਕ ਰਾਤ 'ਚ 5-5 ਮੋਟਰਾਂ ਖੁੱਲਦੀਆਂ ਸੀ ਸ਼ਹਿਰਾਂ ਵਿੱਚ, ਦੇਖ ਰਹੇ ਹੋ ਤੁਸੀਂ ਵੀ ਕਿੰਨੀਆਂ ਕੁ ਲੇਡੀਜ਼ ਕੋਲੋਂ ਚੈਨੀਆਂ ਵਾਲੀਆਂ, ਅਤੇ ਹੋਰ ਕਾਨੂੰਨ ਦੀ ਅਵਸਥਾ ਕੋਈ ਜ਼ਿਆਦਾ ਚੰਗੀ ਨਹੀਂ ਹੈ, ਲੋਕਾਂ ਦੇ ਮਨ ਵਿੱਚ ਇੱਕ ਡਰ ਹੈ। ਅਤੇ ਜਿਹੜੇ ਇੱਦਾਂ ਦੇ ਕਾਨੂੰਨ ਦੇ ਮਾਹਰ ਜਿਹੜੇ ਅਫਸਰ ਹੁੰਦੇ ਆ ਜੇ ਮੈਂਬਰ ਪਾਰਲੀਮੈਂਟ ਬਣ ਜਾਂਦੇ ਆ, ਅਤੇ ਇਹਦਾ ਫਿਰ ਲੋਕਾਂ ਨੂੰ ਬੜਾ ਫਾਇਦਾ ਹੋਣਾ ਹੈ ਵੀ ਇਹ ਕਾਨੂੰਨ ਬਾਰੇ ਜਾਣਦੇ ਆ, ਅਤੇ ਇਹਨਾਂ ਨੂੰ ਸਿਖਾਉਣ ਦੀ ਫਿਰ ਕੋਈ ਲੋੜ ਨਹੀਂ ਹੈ, ਕੋ ਨਾ ਇਹਨਾਂ ਨੂੰ ਸਮਝਾਉਣ ਦੀ ਲੋੜ ਹੈ, ਅਤੇ ਫਿਰ ਲੋਕਾਂ ਨੂੰ ਚੰਗੀਆਂ ਸੇਵਾਵਾਂ ਦੇ ਸਕਦੇ ਆ। ਜਿੱਦਾਂ ਇਹ ਜਿਹੜਾ ਇਲਾਕਾ ਸੀ ਜਲੰਧਰ ਲੋਕ ਸਭਾ ਦਾ, ਇਹਦੇ ਵਿੱਚ ਐਕਸਮੈਨਾਂ ਦੀ ਗਿਣਤੀ ਵੀ ਕਾਫੀ ਹੈ, ਅਤੇ ਉਹ ਵੀ ਫਰਕ ਪੈਣਾ ਸੀ। ਫੋਰਸ ਦੀਆਂ ਸੇਵਾਵਾਂ ਵੀ ਦੇ ਚੁੱਕੇ ਆ, ਪੰਜਾਬ ਪੁਲਿਸ ਵਿੱਚ ਵੀ ਸੇਵਾਵਾਂ ਦੇ ਚੁੱਕੇ ਆ ਰਜਿੰਦਰ ਸਿੰਘ ਹੋਣੀ, ਆਦਮਪੁਰ ਵੀ ਦੇ ਚੁੱਕੇ ਆ, ਭੋਗਪੁਰ ਵੀ ਦੇ ਚੁੱਕੇ ਆ, ਜਲੰਧਰ ਵੀ ਦੇ ਚੁੱਕੇ ਆ, DSP ਦੀਆਂ ਸ਼ਾਹਕੋਟ ਵੀ ਦੇ ਚੁੱਕੇ ਆ, ਮਤਲਬ ਚੰਗੀਆਂ ਸੇਵਾਵਾਂ ਇਹਨਾਂ ਨੇ ਜਲੰਧਰ 'ਚ ਦਿੱਤੀਆਂ, ਅਤੇ ਲੋਕ ਇਹਨਾਂ ਤੋਂ ਜਾਣੂ ਹੈ ਕਿ ਇਹਨਾਂ ਦੇ ਸੁਭਾਅ ਤੋਂ, ਇਹਨਾਂ ਦੇ ਕੰਮਾਂ ਤੋਂ, ਅਤੇ ਇਸ ਚੀਜ਼ ਦਾ BJP ਨੂੰ ਲਾਭ ਹੋ ਸਕਦਾ ਹੈ। ਹੁਣ ਕੈਂਡੀਡੇਟ ਰਹਿ ਗਿਆ ਆਪ ਦਾ, 1-2 ਦਿਨਾਂ ਤੱਕ ਉਹ ਵੀ ਆ ਜਾਏਗਾ, ਅਤੇ ਬੜਾ ਜਿਹੜਾ ਚੋਣਵਾਂ ਮੁਕਾਬਲਾ ਜਿਹੜਾ ਪਾ ਜਾਏਗਾ ਅਕਾਲੀ ਦਲ ਦਾ ਵੀ ਆ ਜਾਣਾ ਹੈ, ਪਰ ਜਿੱਦਾਂ ਜਿੱਦਾਂ ਕੈਂਡੀਡੇਟ ਅੱਗੇ ਆ ਰਹੇ ਹੈ ਉੱਦਾਂ ਉੱਦਾਂ ਜਿਹੜਾ ਚੋਣ ਮੁਕਾਬਲਾ ਬੜਾ ਇੰਟਰਸਟਿਡ ਹੁੰਦਾ ਜਾ ਰਿਹਾ ਹੈ, ਅਤੇ ਲੱਗਦਾ ਇੰਝ ਹੈ ਵੀ ਇਸ ਵਾਰ ਬਾਜੀ ਕੌਣ ਮਾਰਦਾ, ਲੋਕ ਕਿਹਦੇ ਹਿੱਤ 'ਚ ਉਤਰਦੇ ਹੈ, ਉਹ ਬੜਾ ਦੇਖਣ ਵਾਲਾ ਮਜ਼ਾ ਆਉਣਾ ਹੈ। ਬੜਾ ਇਲੈਕਸ਼ਨ ਬੜਾ ਫਸਮਾ ਹੋਣਾ, ਇਲੈਕਸ਼ਨ ਤਾਂ ਹਮੇਸ਼ਾ ਹੀ ਚਲੋ ਫਸਮੇ ਹੁੰਦੇ ਆ, ਪਰ ਇਹ ਜਿਹੜਾ ਇਲੈਕਸ਼ਨ ਹੈ, ਕਿਉਂ ਚੌਧਰੀ ਸੰਤੋਖ ਸਿੰਘ ਦੀ ਵਾਈਫ ਵੀ ਜਲੰਧਰ ਤੋਂ, ਉਹਨਾਂ ਦਾ ਵੀ ਚੰਗਾ ਉਹ ਵੀ ਜ਼ੋਰ ਲਾ ਰਹੇ ਹੈ, ਅਤੇ ਸਰਦਾਰ ਜਿੰਦਰ ਸਿੰਘ ਵੀ ਬੜੇ ਸੁਲਝੇ ਹੋਏ ਅਫਸਰ ਹੈ, ਅਤੇ ਹੁਣ ਰਹਿ ਗਏ ਆਪ ਦਾ ਉਮੀਦਵਾਰ ਅਤੇ ਅਕਾਲੀ ਦਲ ਦਾ, ਅਤੇ ਪਿੰਡਾਂ ਵਿੱਚ ਅਕਾਲੀ ਦਲ ਦੀ ਵੋਟ ਵੀ ਚੰਗੀ ਹੈਗੀ ਹੈ, ਅਤੇ ਆਪ ਦਾ ਵੀ ਸਰਕਾਰ ਹੈ ਇਸ ਵੇਲੇ, ਬੜੇ ਸੋਚ ਸਮਝ ਕੇ ਪਾਰਟੀਆਂ
ਇਹ ਚੀਜ਼ਾਂ ਨੂੰ ਲੈ ਕੇ ਚੋਣ ਮੈਦਾਨ ਵਿੱਚ ਉਤਾਰ ਰਹੀਆਂ ਸੀ ਅਤੇ ਇਸ ਕਰਕੇ ਜਲੰਧਰ ਦੀ ਜਿਹੜੀ ਇਹ ਜ਼ਿਮਨੀ ਚੋਣ ਹੈ ਇਹਦਾ ਆਉਣ ਵਾਲੇ ਇਲੈਕਸ਼ਨ 'ਚ ਇਹਦਾ ਬੜਾ ਫਰਕ ਪੈਣਾ ਸੀ ਵੀ ਕਿਹੜੀ ਪਾਰਟੀ ਜਿੱਤ ਰਹੀ ਹੈ, ਕੌਣ ਕੈਂਡੀਡੇਟ ਐਰਕਾ ਜਿੱਤ ਰਿਹਾ ਸੀ, ਆਉਣ ਵਾਲੀਆਂ ਚੋਣਾਂ 'ਚ ਫਿਰ ਕਿੱਦਾਂ ਕਾਰਪੋਰੇਸ਼ਨ ਦੀਆਂ ਚੋਣਾਂ ਆ ਰਹੀਆਂ ਸੀ ਉਹਦੇ ਵਿੱਚ ਕਿਵੇਂ ਜ਼ੋਰ ਲੱਗਣਾ, ਇਹ ਬੜਾ ਵਧੀਆ ਮੁਕਾਬਲਾ ਬਣ ਗਿਆ ਸੀ। ਅਤੇ ਪਰ ਦੇਖਣਾ ਤਾਂ ਇੰਝ ਹੀ ਚਾਹੀਦਾ ਵੀ ਵੋਟਰ ਵੋਟ ਉਸ ਬੰਦੇ ਨੂੰ ਪਾਉਣ ਜਿਹੜਾ ਕੋਈ ਸਮਾਜ ਦੀਆਂ ਸੇਵਾਵਾਂ ਦੇ ਸਕਦਾ ਹੋਵੇ, ਜਿਹੜਾ ਕੁਝ ਗੱਲ ਸਮਝਦਾ ਹੋਵੇ ਅਤੇ ਜਿਹੜੀਆਂ ਚੰਗੀਆਂ ਸੇਵਾਵਾਂ ਦੇ ਸਕਦਾ ਹੋਵੇ। ਅਤੇ ਹੁਣ ਗੱਲ ਤਾਂ ਬਾਕੀ ਵੋਟਰਾਂ ਹੱਥ ਹੀ ਹੈ ਕਿ ਵੋਟ ਕਿਹਨੂੰ ਪੈਂਦੀ ਹੈ, ਕਿਹੜੇ ਬੰਦੇ ਦੀਆਂ ਸੇਵਾਵਾਂ ਕਿੱਦਾਂ ਦੀਆਂ ਹੈ, ਅਤੇ ਉਸ ਹਿਸਾਬ ਨਾਲ ਜਿਹੜੀ ਜਲੰਧਰ ਦੀ ਸੀਟ ਹੈ ਉਹ ਜਿੱਤੀ ਜਾਏਗੀ। ਲੱਗਦਾ ਵੀ ਬੀਜੇਪੀ ਨੇ ਵੀ ਬਹੁਤ ਹੀ ਸੋਚ ਸਮਝ ਕੇ ਬੜੇ ਤਰੀਕੇ ਨਾਲ ਇਹ ਜਿਹੜਾ ਸਰਦਾਰ ਰਜਿੰਦਰ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਹੈ ਕਿ ਉਹ ਰਜਿੰਦਰ ਸਿੰਘ ਬੜੇ ਸੁਲਝੇ ਦੇ ਅਫਸਰ ਹੈ ਅਤੇ ਜਲੰਧਰ ਵਿੱਚ ਕਾਫੀ ਦੇਰ ਇਹਨਾਂ ਨੇ ਸੇਵਾਵਾਂ ਕੀਤੀਆਂ, ਇਹਦਾ ਲਾਭ ਲੈ ਸਕਦੇ ਹੈ, ਲਾਭ ਮਿਲ ਸਕਦਾ ਜੀ। ਅਤੇ ਪਰ ਇਲੈਕਸ਼ਨ ਹੈ, ਹਰ ਬੰਦੇ ਨੇ ਆਪਣਾ ਜ਼ੋਰ ਲਾਉਣਾ ਜੀ। ਅਤੇ ਚਲੋ ਆਓ ਦੇਖਦੇ ਹਾਂ, ਤੁਹਾਨੂੰ ਅੱਜ ਦੀ ਜਿਹੜੀ ਅਪਡੇਟ ਆਪਾਂ ਦਿੱਤੀ ਹੈ ਵੀ ਜਲੰਧਰ ਦੀ ਲੋਕ ਸਭਾ ਦੀ ਸੀਟ ਦੀ ਜ਼ਿਮਨੀ ਚੋਣਾਂ ਦੀ, ਅਤੇ ਹੁਣ ਨੈਕਸਟ ਇੱਕ ਅੱਧੇ ਦਿਨ ਵਿੱਚ ਆਪ ਦਾ ਅਤੇ ਅਕਾਲੀ ਦਲ ਦਾ ਉਮੀਦਵਾਰ ਵੀ ਆ ਜਾਏਗਾ ਅਤੇ ਉਹਨਾਂ ਦਾ ਵੀ ਫਿਰ ਦੇਖਦੇ ਹਾਂ ਵੀ ਕੈਂਡੀਡੇਟ ਕਿਹੜਾ ਆ ਰਿਹਾ ਜੀ। ਅਤੇ ਬਾਕੀ ਸਾਨੂੰ ਆਪਣੀ ਵੀਰਾਂ ਨੂੰ ਕਮੈਂਟ ਦੇ ਕੇ ਥੋੜ੍ਹੀ ਰਾਇ ਦੱਸਣੀ ਵੀ ਇਹ ਜਿਹੜੇ ਚੋਣ ਨਤੀਜੇ ਕਿੱਦਾਂ ਦੇ ਆ ਸਕਦੇ ਆ, ਵੀ ਇਹ ਬੰਦਿਆਂ ਦੀਆਂ ਸੇਵਾਵਾਂ ਕਿੱਦਾਂ ਦੀਆਂ ਹੈਗੀਆਂ, ਅਤੇ ਇਹਨਾਂ ਦੇ ਕਮੈਂਟ ਵਿੱਚ ਕਮੈਂਟ ਬੋਕਸ ਵਿੱਚ ਜਾ ਕੇ ਸਾਨੂੰ ਇਹਦੇ ਸੁਝਾਅ ਦਿੱਤੇ ਜਾਣ ਅਤੇ ਫਿਰ ਦੇਖਿਆ ਇਹ ਜਾਊਗਾ ਕਿ ਆਪਣੇ ਪੰਜਾਬ ਦਾ ਭਵਿੱਖ ਕਿੱਧਰ ਨੂੰ ਜਾ ਰਿਹਾ ਹੈ। ਇਹ ਚੀਜ਼ਾਂ ਦਾ ਤੁਹਾਡੇ ਵੀਰਾਂ 'ਤੇ ਹੀ ਸਾਰੀ ਗੱਲਬਾਤ ਹੈ, ਸਾਰੀ ਵੋਟਰਾਂ 'ਤੇ ਹੀ ਗੱਲਬਾਤ ਹੈ। ਕਿਉਂ ਜੇ ਵੋਟਰ ਨੂੰ ਚੰਗਾ ਨੇਤਾ ਮਿਲੇਗਾ, ਸਾਡੇ ਬੱਚਿਆਂ ਨੂੰ ਜੋਬ ਮਿਲੇਗੀ, ਇੰਡਸਟਰੀ ਮਿਲੇਗੀ, ਅਤੇ ਜੇ ਕੋਈ ਨਹੀਂ ਤਾਂ ਫਿਰ ਉਹੀ ਬੱਚਿਆਂ ਵਾਲਾ ਹਾਲ ਰਹਿਣਾ ਕਿ ਪਲੱਸ ਟੂ ਕੀਤੀ, ਆਈਲੈਟਸ ਕੀਤੀ ਅਤੇ ਚਲੋ ਕੈਨੇਡਾ। ਅਤੇ ਜੇ ਕੋਈ ਚੰਗਾ ਕੈਂਡੀਡੇਟ ਆ ਜਾਏਗਾ ਅਤੇ ਕੋਈ ਚੰਗੀਆਂ ਇੰਡਸਟਰੀਆਂ ਲੈ ਕੇ ਆਊਗਾ ਜਾਂ ਕੋਈ ਚੰਗੀ ਪੋਲਿਸੀ ਲੈ ਕੇ ਆਊਗਾ ਅਤੇ ਉਹਦਾ ਫਿਰ ਸਾਨੂੰ ਪੰਜਾਬ ਨੂੰ ਅਤੇ ਬੱਚਿਆਂ ਨੂੰ ਫਾਇਦਾ ਹੋ ਸਕਦਾ। ਅਤੇ ਵੋਟਰਾਂ ਨੂੰ ਆਪਾਂ ਇੱਕ ਬੇਨਤੀ ਕਰਦੇ ਹਾਂ ਵੀ ਇਹ ਸਾਨੂੰ ਸੁਝਾਅ ਬੋਕਸ ਵਿੱਚ ਦੱਸਿਆ ਜਾਵੇ ਵੀ ਜਿਹੜੇ ਇਹ ਚੋਣ ਨਤੀਜੇ ਕਿੱਦਾਂ ਦੇ ਰਹਿ ਸਕਦੇ ਆ, ਹਰਜਿੰਦਰ ਸਿੰਘ ਸਾਹਿਬ ਦਾ ਕਿਵੇਂ ਹੋ ਸਕਦਾ, ਕਾਂਗਰਸ ਦਾ ਕਿਵੇਂ ਹੈ, ਆਪ ਦਾ ਕਿਵੇਂ ਹੈ, ਅਕਾਲੀ ਦਲ ਦਾ ਕਿਵੇਂ ਹੈ। ਅਤੇ ਹੁਣ ਇਹ ਸਾਰੀਆਂ ਚੀਜ਼ਾਂ ਬਸ ਤਰੀਕ ਨੇੜੇ ਆਈ ਜਾ ਰਹੀ ਹੈ ਅਤੇ ਉਹਦੇ ਉੱਤੇ ਸਾਰੇ ਰਿਜ਼ਲਟ ਜਿਹੜੇ ਇਹ ਆ ਜਾਣਗੇ। ਅਤੇ ਆਓ ਮੇਰੇ ਵੀਰੋ ਇੱਥੇ ਕਮੈਂਟ ਬੋਕਸ ਵਿੱਚ ਜਾ ਕੇ ਸਾਨੂੰ ਕਮੈਂਟ ਬੋਕਸ ਵਿੱਚ ਸੁਝਾਅ ਦਿੱਤਾ ਜਾਵੇ। ਪਿਆਰ ਭਰੀ ਸਤਿ ਸ਼੍ਰੀ ਅਕਾਲ।